ਭਾਈ ਅੰਮ੍ਰਿਤਪਾਲ ਨੂੰ ਲੈ ਕੇ ਹੁਣ ਜਿਹੜੇ ਵਕੀਲ ਉਹਨਾਂ ਦੇ ਘਰੇ ਪਹੁੰਚੇ ਗੱਲਬਾਤ ਕਰ ਲਈ ਸਰ ਆਪਣਾ ਨਾਮ ਤੋਂ ਲੱਗਦੇ ਸਿਮਰਨਜੀਤ ਸਿੰਘ ਐਡਵੋਕੇਟ ਸਰ ਕਿੱਦਾਂ ਦੇਖ ਰਹੇ ਹੋ ਕਿ ਭਾਈ ਅੰਮ੍ਰਿਤਪਾਲ ਦੇ ਮਾਮਲੇ ਨੂੰ ਤੁਸੀਂ ਵੇਖ ਰਹੇ ਹੋ ਹਜੇ ਤੱਕ ਪਤਾ ਨਹੀਂ ਲੱਗ ਰਿਹਾ ਕਿਹੜੀ ਫੋਰਸ ਨੇ ਚੁੱਕਿਆ ਕਿੱਥੇ ਰੱਖਿਆ ਗਿਆ ਪਰ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਉਹ ਹਜੇ ਅਰੈਸਟ ਨਹੀਂ ਹੋਇਆ ਦੇਖੋ ਬਹੁਤ ਕਲੀਅਰ ਹੈ ਕੱਲ ਸ਼ਾਹਪੁਰ ਤੋਂ ਇਹਨਾਂ ਦੇ ਜਿਹੜੇ ਸਪੋਟਰਸ ਨੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਉਹਨਾਂ ਨੇ ਸਾਨੂੰ ਇਨਫੋਰਮ ਕਰ ਦਿੱਤਾ ਸੀ ਕਿ ਇਹਨਾਂ ਨੂੰ ਅਰੈਸਟ ਕਰ ਲਿਆ ਹੈ ਵਿਦ देयर ਫਰੈਂਡਸ ਜਿੰਨੇ ਵੀ ਸਰਕਲ ਦੇ ਹੈਗੇ ਨੇ ਹੁਣ ਜਿਹੜਾ ਕਾਨੂੰਨ ਹੈ ਇਹ ਫੰਡਾਮੈਂਟਲ ਰਾਈਟ ਹੈਗਾ ਕਿ ਕਾਨੂੰਨ ਕਹਿੰਦਾ ਹੈ ਕਿ ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰ ਲਿਆ ਜਾਂਦਾ ਉਹਨੂੰ 24 ਘੰਟੇ ਦੇ ਅੰਦਰ ਅੰਦਰ ਮੈਜਿਸਟ੍ਰੇਟ ਕੋਲ ਪੇਸ਼ ਕਰਨਾ ਜ਼ਰੂਰੀ ਹੈ ਉਹਦੀ ਫੈਮਿਲੀ ਨੂੰ ਦੱਸਣਾ ਬੜਾ ਜ਼ਰੂਰੀ ਹੈਗਾ ਕਿ ਉਹਨੂੰ ਕਿਹੜੇ ਕੇਸ ਫੜਿਆ ਗਿਆ ਨਾ ਤਾਂ ਅਜੇ ਤੱਕ ਇਲਾਕਾ ਮੈਜਿਸਟ੍ਰੇਟ ਕੋਲ ਪੇਸ਼ ਕੀਤਾ ਹੈਗਾ ਨਾ ਹੀ ਫੈਮਿਲੀ ਨੂੰ ਇਨਫੋਰਮ ਕੀਤਾ ਹੈਗਾ ਸੋ ਅਸੀਂ ਮਹਿਸੂਸ ਕਰਦੇ ਹਾਂ ਕਿ ਹਾਈ ਕੋਰਟ ਦੀ ਚੀਫ ਜਸਟਿਸ ਦਾ ਫਰਜ਼ ਹੈਗਾ ਕਿ ਇਹਦਾ ਸੋਮੋਟੋ ਲਏ ਅਦਰਵਾਈਜ਼ ਫੈਮਿਲੀ ਵੱਲੋਂ ਜਿਹੜੀ ਹਾਈ ਕੋਰਟ 'ਚ ਹੈਬੀਅਸ ਮੂਵ ਕਰ ਦਿੱਤੀ ਗਈ ਹੈ ਉਹ ਵਿਦ ਇਨ ਫਿਊ ਆਵਰਸ ਫਿਕਸ ਹੋ ਕੇ ਉਹਤੇ ਆਰਡਰ ਹੋਏਗਾ ਜੀ ਸਰ ਤੁਸੀਂ ਫੈਮਿਲੀ ਨੂੰ ਮਿਲੇ ਹੋ ਕੀ ਗੱਲਬਾਤ ਹੋਈ ਤੁਹਾਡੀ ਫੈਮਿਲੀ ਦੇ ਨਾਲ ਫੈਮਿਲੀਜ਼ ਨੂੰ ਤਾਂ ਇਹ ਹੈਗਾ ਕਿ ਉਹ ਕੱਲ ਸਵੇਰੇ 8 ਵਜੇ ਇੱਥੋਂ ਘਰੋਂ ਗਿਆ ਹੈਗਾ ਕੋਈ ਪਹਿਲੇ ਕਰਮੇਸ਼ਨ ਸੀ ਇੱਥੇ ਕਿਤੇ ਬਾਬਾ ਜੀ ਦੀ ਉੱਥੋਂ ਗਏ ਨੇ ਸੋ ਇਸ ਕਿਸਮ ਦੀ ਕੋਈ ਗੱਲ ਹੈ ਨਹੀਂ ਹੈ ਪੁਲਿਸ ਲਗਾਤਾਰ ਭਾਰੀ ਲੈਵਲ ਤੇ ਪੂਰੇ ਪਿੰਡ ਦੇ ਵਿੱਚ ਫੋਰਸ ਲਾਈ ਹੋਈ ਹੈ ਪੁਲਿਸ ਵਾਲੇ ਘਰ ਘਰ ਜਾ ਕੇ ਲੋਕਾਂ ਨੂੰ ਡਰਾ ਰਹੇ ਨੇ ਕਿ ਇਹਦੇ ਨਾਲ ਨਾ ਚੱਲੋ ਇਹ ਬਹੁਤ ਮਾੜੀ ਤੇ ਗੈਰ ਕਾਨੂੰਨੀ ਗੱਲ ਹੈਗੀ ਹੈ ਜਿਹੜੇ ਨੌਜਵਾਨ ਚੁੱਕੇ ਗਏ ਹੈ ਕਿੰਨੇ ਨੌਜਵਾਨ ਚੁੱਕੇ ਗਏ ਸੀ ਤੁਹਾਨੂੰ ਕੁਝ ਕਲੀਅਰ ਹੋਇਆ ਅਰਾਊਂਡ ਅਸਰ ਦੇ ਤੇ ਕਾਫੀ ਕੱਲ 25-30 ਬੰਦੇ ਇਹਨਾਂ ਨੇ ਇਲੀਗਲ ਅਰੈਸਟ ਲਏ ਨੇ ਜਿਸ ਪਾਰਟੀ ਦੇ ਜਨਰਲ ਸੈਕਟਰੀ ਹਰਪਾਲ ਸਿੰਘ ਬਲੇਰ ਸੀ ਇੱਥੋਂ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਹੈ ਅਮਰੀਕ ਸਿੰਘ ਨੰਗਲ ਸੀ ਇੱਥੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਦਾ ਸੋ ਮਾਨਸੇ ਤੇ ਹੋਰ ਏਰੀਆ 'ਚ ਵੀ ਚੱਕੇ ਨੇ ਕਾਫੀ ਬੰਦੇ ਜਿਹੜੇ ਅੰਮ੍ਰਿਤਸਰ ਦੇ ਛੱਡ ਦਿੱਤੇ ਗਏ ਨੇ ਐਜ਼ ਪਰ ਫੈਮਿਲੀ ਇਨਫੋਰਮੇਸ਼ਨ 4 ਕੁ ਬੰਦੇ ਤਾਂ ਇਹਨਾਂ ਦੇ ਪਰਿਵਾਰ ਦੇ ਇੱਥੋਂ ਗੈਪ ਹੈਗੇ ਨੇ ਕੱਲ ਦੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਅੰਮ੍ਰਿਤਪਾਲ ਜਿਹੜੇ ਬ੍ਰਦਰ ਨੇ ਉਹਨਾਂ ਦੇ ਘਰ ਦੇ ਜਿਹੜੇ ਚਾਰਜ ਸੀ ਉਹਨਾਂ ਦਾ ਨਹੀਂ ਪਤਾ ਲੱਗ ਰਿਹਾ ਉਹ ਗੱਡੀ ਤੋਂ ਘਰੋਂ ਗਏ ਨੇ ਪਰ ਹਜੇ ਤੱਕ ਪਤਾ ਨਹੀਂ ਲੱਗਦਾ ਵਾਪਸ ਹਾਂ ਟਿਲ ਡੇਟਸ ਦੇ ਉਹਨਾਂ ਦੇ ਵੇਅਰ ਅਬਾਊਟਸ ਦਾ ਪਤਾ ਨਹੀਂ ਹੈਗਾ ਅਸੀਂ ਉਹ ਕੰਪਲੇਂਟਸ ਭੇਜ ਰਹੇ ਹਾਂ ਚੀਫ ਜਸਟਿਸ ਸਾਹਿਬ ਨੂੰ ਪਰ ਪ੍ਰਸ਼ਾਸਨ ਇੱਦਾਂ ਕਿਸੇ ਨੂੰ ਅਰੈਸਟ ਕਰ ਸਕਦਾ ਕਿਸੇ ਨੂੰ ਜਾਣਕਾਰੀ ਤੋਂ ਦੇਣ ਤੋਂ ਬਗੈਰ ਦੇਖੋ ਮੈਂ ਤੁਹਾਨੂੰ ਕਾਨੂੰਨ ਦੱਸ ਦਿੱਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਐਵੇਂ ਅਰੈਸਟ ਨਹੀਂ ਕਰ ਸਕਦੇ ਅਗਰ ਅਰੈਸਟ ਕਰ ਲਿਆ ਤੁਹਾਨੂੰ ਇਲਾਕਾ ਮੈਜਿਸਟ੍ਰੇਟ ਕੋਲ 24 ਘੰਟੇ 'ਚ ਪੇਸ਼ ਕਰਨਾ ਜ਼ਰੂਰੀ ਹੈਗਾ ਫਿਰ ਉਹਦੀ ਫੈਮਿਲੀ ਨੂੰ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈਗੀ ਹੈ ਅਤੇ ਇਹ ਬੜਾ ਲਾਅ ਐਂਡ ਆਰਡਰ ਫੇਲ ਹੋ ਗਿਆ ਇੱਥੇ ਹੋਮ ਦਾ ਡਿਪਾਰਟਮੈਂਟ ਚੀਫ ਮਿਨਿਸਟਰ ਭਗਵੰਤ ਮਾਨ ਕੋਲੇ ਹੈਗਾ ਸੋ ਉਹਨੂੰ ਆਪਦੀ ਮੋਰਲ ਰਿਸਪੋਂਸਿਬਿਲਟੀ ਸਮਝਦੇ ਹੋਏ ਚਾਹੇ ਤਾਂ ਰਿਜ਼ਾਈਨ ਕਰੇ ਚਾਹੇ ਫਿਰ ਇਹਦਾ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਇੱਕ ਚੀਜ਼ ਹੋਰ ਆ ਰਹੀ ਹੈ ਕਿ ਖਬਰਾਂ ਨਿਕਲ ਕੇ ਇਹ ਵੀ ਆ ਰਹੀਆਂ ਕਿ ਚਾਰ ਜਿਹੜੇ ਅੰਮ੍ਰਿਤਪਾਲ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਸਾਮ ਦੇ ਵਿੱਚ ਜਿਹੜਾ ਕਿ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਕੀਤਾ ਗਿਆ ਚਾਰ ਨੂੰ ਅੱਜ ਬਾਬਾ ਬਕਾਲਾ ਦੇ ਵਿੱਚ ਕੀਤਾ ਗਿਆ ਇਹ ਚੀਜ਼ ਇੱਕ ਮੈਟਰ ਕੀ ਹੈਗਾ ਕਿ ਪੂਰਾ ਸਮਝ ਲੱਗ ਰਹੀ ਤੁਹਾਨੂੰ ਦੇਖੋ ਫੈਮਿਲੀ ਕੋਲ ਸਾਡੇ ਕੋਲ ਇਸ ਕਿਸਮ ਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕੋਈ ਵੀ ਇਸ ਕਿਸਮ ਦਾ ਮਾਹੌਲ ਨਹੀਂ ਹੈਗਾ ਕਿ ਤੁਸੀਂ ਆਸਾਮ 'ਚ ਬੰਦੇ ਚੱਕ ਕੇ ਲੈ ਜਾਓ ਬਿਨਾਂ ਕਾਨੂੰਨ ਬਿਨਾਂ ਜੇ ਅਫੈਂਸ ਇੱਥੇ ਹੋਇਆ ਤਾਂ ਫਿਰ ਆਸਾਮ 'ਚ ਖੜਨ ਦੀ ਤਾਂ ਕੋਈ ਤੁੱਕ ਹੈ ਨਹੀਂ ਹੈ ਸੋ ਇਹ ਸਾਰਾ ਕੁਝ ਹੋ ਵੀ ਰਿਹਾ ਹੈ ਅਤੇ ਪਲੈਂਟ ਕੌਨਸਪਰੇਸੀ ਹੈਗੀ ਹੈ ਸਰਕਾਰ ਦੀ ਇਹ ਤੁਹਾਡੇ ਵੱਲੋਂ ਕਿੱਦਾਂ ਜਾਂਚ ਕੀਤੀ ਜਾਵੇਗੀ ਇਸ ਮਾਮਲੇ ਦੀ ਕਿਉਂਕਿ ਪਰਿਵਾਰ ਨੂੰ ਤਾਂ ਕਿਸੇ ਨੂੰ ਪਤਾ ਨਹੀਂ ਹੈ ਕਿ ਅੰਮ੍ਰਿਤਪਾਲ ਹੈ ਕਿੱਥੇ ਆ ਫਿਲਹਾਲ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਹਾਈ ਕੋਰਟ ਕੋਲ ਪੁੱਛਿਆ ਜਾ ਰਿਹਾ ਹੈ ਕਿ ਸਾਨੂੰ ਦੱਸਿਆ ਜਾਏ ਕਿਉਂਕਿ ਹਾਈ ਕੋਰਟ ਮੋਰ ਪਾਵਰਫੁਲ ਹੈਗੀ ਹੈ ਉਹ ਸਟੇਟ ਕੋਲ ਹੋਮ ਡਿਪਾਰਟਮੈਂਟ ਕੋਲ ਪੁੱਛ ਸਕਦੀ ਹੈ ਕਿ ਤੁਹਾਡੀ ਸਟੇਟ 'ਚ ਪਿਛਲੇ 24 ਘੰਟਿਆਂ ਦੇ ਵਿੱਚ ਅੱਜ 30-35 ਘੰਟੇ ਹੋ ਗਏ ਨੇ ਲੋਕ ਪੰਜਾਬ 'ਚ ਧਰਨਿਆਂ 'ਤੇ ਬੈਠੇ ਹੋਏ ਨੇ ਅਤੇ ਬੰਦੇ ਗੈਬ ਨੇ ਔਰ ਸਰਕਾਰ ਨੂੰ ਸਟੇਟਸ ਸਪੋਰਟ ਦੇਣੀ ਪਊਗੀ ਤੁਸੀਂ ਕੇਸ ਸਾਰਾ ਸਟੱਡੀ ਕਰ ਲਿਆ ਕਿ ਅੰਮ੍ਰਿਤਪਾਲ ਦਾ ਜੀ ਫਿਲਹਾਲ ਕੋਈ ਸਾਨੂੰ ਪਤਾ ਹੀ ਨਹੀਂ ਹੈਗਾ ਕੇਸ ਹੈਗਾ ਕਿ ਨਹੀਂ ਹੈਗਾ ਸਟੱਡੀ ਤਾਂ ਉਦੋਂ ਕੀਤਾ ਜਾਊਗਾ ਨਾ ਜਦੋਂ ਕੋਈ FIR ਲੋਜ਼ ਹੋਏ ਕਿਸੇ ਅਦਾਲਤ 'ਚ ਪੇਸ਼ ਕਰਨਗੇ ਅੱਜ ਤੱਕ ਤਾਂ ਕੁਝ ਵੀ ਸਾਡੇ ਕੋਲ ਨਹੀਂ ਪ੍ਰਸ਼ਾਸਨ ਕੋਈ ਤੱਤ ਰੱਖਣੇ ਪੈਣਗੇ ਦੇਖੋ ਜੀ ਪ੍ਰਸ਼ਾਸਨ ਨੂੰ ਦੱਸਣਾ ਪਊਗਾ ਇਹ ਬੜਾ ਮਤਲਬ ਹਾਈਲੀ ਮਿਸਯੂਜ਼ ਅਬਿਊਜ਼ ਆਫ ਪਾਵਰਸ ਹੈਗਾ ਇਹਦੀ ਅਸੀਂ ਤਹਿ ਤੱਕ ਜਾਵਾਂਗੇ ਇਹ ਸਨ ਅੰਮ੍ਰਿਤਪਾਲ ਦੇ ਜਿਹੜੇ ਵਕੀਲ ਜਿਹੜੇ ਕਿ ਹੁਣ ਕੇਸ ਲੜਨਗੇ ਅਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹਾਈ ਕੋਰਟ ਦਾ ਹੁਣ ਦਰਵਾਜ਼ਾ ਖੜਕਾਇਆ ਜਾਵੇਗਾ ਕਿ ਭਾਈ ਅੰਮ੍ਰਿਤਪਾਲ ਹੈ ਕਿੱਥੇ ਨੇ ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਰਈਆ